ਤੋਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪ੍ਰਵਾਸੀ ਦੇ ਨਾਲ ਸਾਗਾ 9:60 AM ਦੇ ਉੱਤੇ, ਅਤੇ ਮੇਰੇ ਨਾਲ ਸਰਦਾਰ ਜੋਗਿੰਦਰ ਸਿੰਘ ਤੂਰ ਹੋਰੀ ਲਾਈਨ 'ਤੇ ਨੇ, ਸੀਨੀਅਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਲੇਕਿਨ ਅੱਜ ਕੱਲ੍ਹ ਇੱਥੇ ਟੋਰਾਂਟੋ ਵਿੱਚ ਅਕਸਰ ਇਹ ਤੁਹਾਨੂੰ ਮਿਲਣਗੇ, ਕਿਉਂਕਿ ਬੇਟਾ ਇੱਥੇ ਹੈ, ਫੈਮਿਲੀ ਇੱਥੇ ਹੈ। ਯਾਦਵਿੰਦਰ ਸਿੰਘ ਤੂਰ ਸਾਡੀ ਕਮਿਊਨਿਟੀ ਦੇ ਮੰਨੇ ਪਰਮੰਨੇ ਵਕੀਲ, ਤੋ ਪੂਰਾ ਪਰਿਵਾਰ ਹੀ ਇੱਥੇ ਹੈ। ਤੋ ਇਸ ਕਰਕੇ ਸਾਨੂੰ ਕਈ ਵਾਰੀ ਇਸ ਗੱਲ ਦਾ ਕਹਿੰਦੇ ਨਾ ਫਾਇਦਾ ਵੀ ਹੋ ਜਾਂਦਾ ਹੈ ਕਿ ਇਹਨਾਂ ਦਾ ਇੱਥੇ ਸਟੇ ਹੁੰਦਾ ਹੈ, ਅਤੇ ਜਿੱਥੇ ਕੈਨੇਡੀਅਨ ਵਿਸ਼ਿਆਂ ਉੱਤੇ ਵੀ ਨਾਲ ਕਈ ਵਾਰੀ ਗੱਲਬਾਤ ਕਰਨ ਦਾ ਮੌਕਾ ਮਿਲਦਾ, ਲਿਖਦੇ ਵੀ ਨੇ। ਪਰ ਲੰਬੇ ਸਮੇਂ ਤੋਂ ਪੰਜਾਬ ਦੇ ਔਰ ਖਾਸ ਤੌਰ 'ਤੇ ਕਿਸਾਨੀ ਦੇ ਮਸਲਿਆਂ ਬਾਰੇ ਲਿਖ ਵੀ ਰਹੇ ਨੇ, ਔਰ ਅਦਾਲਤਾਂ ਦੇ ਵਿੱਚ ਵੀ ਦਰਵਾਜ਼ਾ ਖਟਖਟਾ ਰਹੇ ਨੇ ਉਹਨਾਂ ਦੇ ਵਾਸਤੇ। ਕਿਸਾਨ ਅੰਦੋਲਨ ਚੱਲਿਆ ਔਰ ਇਹਨਾਂ ਦੀਆਂ ਜਿਹੜੀਆਂ ਲਿਖਤਾਂ ਸੀ, ਖਾਸ ਤੌਰ 'ਤੇ ਇਹ ਤਿੰਨ ਕਾਲੇ ਕਾਨੂੰਨ ਕਾਲੇ ਕਿਉਂ ਹਨ, ਬੜੀ ਪ੍ਰਸਿੱਧ ਹੋਈ ਇਹਨਾਂ ਦੀ ਉਹ ਕਿਤਾਬ ਵੀ। ਅਤੇ ਹੁਣ ਇਹਨਾਂ ਨੇ ਆ ਜਿਹੜੇ ਰੀਸੈਂਟਲੀ ਪਿੱਛੇ ਜਿਹੀ ਤਿੰਨ ਸੋਧਾਂ ਕੀਤੀਆਂ ਗਈਆਂ ਕ੍ਰਿਮੀਨਲ ਕੋਡ ਦੇ ਵਿੱਚ, ਲਾਅਜ਼ ਦੇ ਵਿੱਚ, ਉਹਦੇ ਬਾਰੇ ਵੀ ਇੱਕ ਬੜਾ ਸ਼ਾਨਦਾਰ ਆਰਟੀਕਲ ਲਿਖਿਆ। ਬੜੀ ਸਰਲ ਭਾਸ਼ਾ ਦੇ ਵਿੱਚ ਲਿਖਦੇ ਹੈ ਤਾਂ ਕਿ ਆਮ ਲੋਕਾਂ ਨੂੰ ਸਮਝ ਆ ਸਕੇ। ਪ੍ਰਵਾਸੀ ਵੱਲੋਂ ਅਸੀਂ ਇਸ ਨੂੰ ਛਾਪਣ ਵੀ ਜਾ ਰਹੇ ਹਾਂ। ਕੁਦਰਤੀ ਮੇਰੇ ਕੋਲ ਕੋਈ 2-3 ਮਿੰਟ ਦਾ ਸਮਾਂ ਬਾਕੀ ਹੈ, ਲੰਬੀ ਗੱਲ ਅਸੀਂ ਆਉਣ ਵਾਲੇ ਪ੍ਰੋਗਰਾਮਾਂ 'ਚ ਕਰਾਂਗੇ, ਆਰਟੀਕਲ ਵੀ ਤੁਹਾਨੂੰ ਤੁਹਾਡੇ ਲਈ ਛਾਪਾਂਗੇ, ਫਿਰ ਉਸ 'ਤੇ ਚਰਚਾ ਕਰਾਂਗੇ। ਤੂਰ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਫਾਰ ਦਿਸ ਜੀ। ਤਾਂ ਤੁਸੀਂ, ਮੈਨੂੰ ਪਤਾ ਹੈ ਇਹ ਆਰਟੀਕਲ ਤੁਹਾਡਾ ਅਜੀਤ 'ਚ ਵੀ ਛਪਿਆ ਹੈ, ਤਾਂ ਪਲੀਜ਼ ਥੋੜ੍ਹੀ ਜਿਹੀ ਬਰੀਫ ਜਾਣਕਾਰੀ ਦੇ ਦਿਓ ਤਾਂ ਕਿ ਫਿਰ ਸਾਡੇ ਸਰੋਤੇ ਪੜ੍ਹ ਲੈਣਗੇ ਇਸ ਹਫ਼ਤੇ ਅਸੀਂ ਛਾਪਣ ਜਾ ਰਹੇ ਹਾਂ। ਮੈਂ ਦੱਸਣਾ ਇਹ ਚਾਹਿਆ ਕਿ ਸਰਕਾਰ ਨੇ ਜਿਹੜੇ ਕਾਨੂੰਨ ਨੇ ਕਿਸ ਹਾਲਤ ਵਿੱਚ ਪਾਸ ਕੀਤੇ ਜੀ। ਪਹਿਲਾਂ 140 ਮੈਂਬਰਾਂ ਨੂੰ ਸਸਪੈਂਡ ਕੀਤਾ, ਸਸਪੈਂਡ ਕਰਕੇ ਨਾਲ ਉਸੇ ਦਿਨ ਤਿੰਨ ਕਾਨੂੰਨ ਜਿਹੜੇ ਕ੍ਰਿਮੀਨਲ ਪ੍ਰੋਸੀਜਰ ਕੋਡ ਅਤੇ ਇੰਡੀਅਨ ਐਵੀਡੈਂਸ ਐਕਟ ਅਤੇ ਇੰਡੀਅਨ ਪੈਨਲ ਕੋਡ, ਤਿੰਨਾਂ ਨੂੰ ਨਵੇਂ ਤਰੀਕੇ ਨਾਲ ਡਰਾਫਟ ਕਰਕੇ ਪਾਸ ਕਰਾ ਲਿਆ ਜੀ। ਉਹਨਾਂ ਕਾਨੂੰਨਾਂ 'ਚ ਕੀ ਕੀਤਾ ਇਹਨਾਂ ਨੇ, ਜਦੋਂ ਇੰਡੀਅਨ ਪੈਨਲ ਕੋਡ ਬਣਿਆ ਸੀਗਾ ਉਸ ਵੇਲੇ ਅੰਗਰੇਜ਼ਾਂ ਨੂੰ 1857 ਦਾ ਜਿਹੜਾ ਗਲ ਸਟਰਗਲ ਸੀ ਉਸ 'ਚ ਬਹੁਤ ਮਾਰ ਖਾਣੀ ਪਈ ਸੀ ਜੀ, ਅਤੇ ਉਹਨੂੰ ਕਾਬੂ ਕਰਨ ਵਾਸਤੇ, ਕਿਉਂਕਿ ਜਿਹੜੀ ਕਲੋਨੀਅਲ ਪਾਵਰ ਹੁੰਦੀ ਹੈ ਉਹ ਆਪਣੇ ਹੱਕ ਦੇ ਕਾਨੂੰਨ ਬਣਾਉਂਦੀ ਹੈ, ਉਦੋਂ ਉਹਨਾਂ ਨੇ ਜਿਹੜਾ ਸੀ ਇੰਡੀਅਨ ਪੈਨਲ ਕੋਡ ਇਸ ਤਰੀਕੇ ਨਾਲ ਬਣਾਇਆ ਕਿ ਜੇ ਪੰਜ ਆਦਮੀ ਇਕੱਠੇ ਨਹੀਂ ਬੈਠ ਸਕਦੇ, ਤੁਸੀਂ ਆਹ ਗੱਲਾਂ ਨਹੀਂ ਕਰ ਸਕਦੇ, ਤੁਸੀਂ ਸਰਕਾਰ ਦੇ ਖਿਲਾਫ਼ ਨਹੀਂ ਬੋਲ ਸਕਦੇ, ਤੁਸੀਂ ਆਹ ਨਹੀਂ ਕਰ ਸਕਦੇ, ਤੁਸੀਂ ਆਹ ਨਹੀਂ ਕਰ ਸਕਦੇ, ਇਹਦੀ ਉਮਰ ਕੈਦ ਡੈਥ ਸੈਂਟੈਂਸ ਹੈ। ਅਤੇ ਇਹ ਕਾਨੂੰਨ ਬਣਾ ਕੇ 1860 ਦੇ ਵਿੱਚ ਲਾਗੂ ਕੀਤਾ, 3 ਸਾਲ ਬਾਅਦ 1857 ਦੀ ਸਟਰਗਲ ਤੋਂ ਬਾਅਦ ਜੀ। ਉਹਦੇ ਵਿੱਚ ਪ੍ਰੋਵੀਜ਼ ਇਹੋ ਜਿਹੇ ਪਾਏ ਕਿ ਕੋਈ ਵੀ ਜਿਹੜਾ ਸਰਕਾਰ ਦੇ ਖਿਲਾਫ਼ ਬੋਲੇਗਾ ਉਹਨੂੰ ਜਦੋਂ ਮਰਜ਼ੀ ਆਪਣੇ ਕੇ ਅੰਦਰ ਕਰ ਦਿਓ ਅਤੇ ਸਾਰੀ ਉਮਰ ਲਈ ਜੇਲ੍ਹ 'ਚ ਕਰ ਦਿਓ ਜੀ, ਜਾਂ ਡੈਥ ਸੈਂਟੈਂਸ ਦੇ ਦਿਓ। ਬਹੁਤ ਸਾਰੇ ਜਿਹੜੇ ਆਪਣੇ ਸੰਗਰਾਮੀ ਸੀਗੇ ਆਜ਼ਾਦੀ ਦੇ ਉਹਨਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਸੈਂਕੜਿਆਂ ਦੀ ਗਿਣਤੀ 'ਚ ਜੀ, ਇਹ ਪ੍ਰੋਵੀਜ਼ਨ ਵਰਤ ਕੇ ਸੈਂਕੜਿਆਂ ਦੀ ਗਿਣਤੀ 'ਚ ਉਹਨਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ, ਜਾਂ ਜ਼ਿਲ੍ਹਾ ਵਚਨ ਕੀਤਾ ਗਿਆ, ਕਾਲੇ ਪਾਣੀ ਭੇਜਿਆ ਗਿਆ। ਇਹਨਾਂ ਨੇ ਜਿਹੜੇ ਉਹ ਕਾਨੂੰਨ ਸੀ ਉਹਨਾਂ ਨੂੰ ਠੀਕ ਕਰਨ ਦੀ ਬਜਾਏ, ਕਿਉਂਕਿ ਹੁਣ ਤਾਂ ਡੈਮੋਕ੍ਰੇਟਿਕ ਸੈਟਅਪ ਹੈ, ਉਹ ਤਾਂ ਕਲੋਨੀਅਲ ਪਾਵਰ ਸੀਗੀ, ਉਹਨਾਂ ਨੂੰ ਤਾਂ ਲੋੜ ਸੀ ਇਸ ਗੱਲ ਦੀ, ਪਰ ਅਸੀਂ ਹੁਣ ਡੈਮੋਕ੍ਰੇਟਿਕ ਸੈਟਅਪ 'ਚ ਹਾਂ, ਸਾਨੂੰ ਤਾਂ ਕਾਨੂੰਨ ਬਦਲਣੇ ਚਾਹੀਦੇ ਸੀਗੇ ਲੋਕਾਂ ਦੇ ਹੱਕ 'ਚ। ਇਹਨਾਂ ਨੇ ਕੀ ਕੀਤਾ, ਉਹਨਾਂ ਨੂੰ ਸਗੋਂ ਹੋਰ ਜ਼ਿਆਦਾ ਰਿਪਰੈਸ ਬਣਾ ਦਿੱਤਾ। ਅਤੇ ਮੈਂ ਕੋਸ਼ਿਸ਼ ਕੀਤੀ ਉਹ ਦੱਸਣ ਦੀ ਵੀ ਜਿਹੜਾ ਕੀ ਹੈ ਇਹਨਾਂ ਨੇ ਕੀ ਕੀਤਾ ਹੁਣ ਜਿਹੜਾ ਕੁਛ ਕੀਤਾ, ਅਤੇ ਇਹ ਕਹਿ ਕੇ ਵੀ ਅਸੀਂ ਤਾਂ ਜਿਹੜੇ ਉਹਨਾਂ ਦੇ ਕਲੋਨੀਅਲ ਕਾਨੂੰਨ ਸੀ ਉਹਨਾਂ ਦਾ ਜੂਲਾ ਲਾਇਆ, ਲੇਕਿਨ ਜੂਲੋ ਲਾਉਣ ਦੀ ਬਜਾਏ ਸਗੋਂ ਉਹਨਾਂ ਨੂੰ ਜ਼ਿਆਦਾ ਰਿਪਰੈਸਰ ਬਣਾ ਦਿੱਤਾ। ਔਰ ਇਹ ਬੜੀ ਮੇਰੇ ਖਿਆਲ ਅਫਸੋਸ ਦੀ ਗੱਲ ਹੈ ਕਿ ਬੜੀ ਦੇਰ ਤੋਂ ਇਹ ਲੌਂਗ ਡਿਊ ਸੀਗੇ ਰਿਫੋਰਮਸ, ਔਰ ਇਹ ਜਿਹੜੀ ਰਿਵੀਜ਼ਨ, ਪਰ ਬਜਾਏ ਦੇ ਕਿ ਇਹਨਾਂ ਨੂੰ
ਲੋਕ ਪੱਖੀ ਬਣਾਇਆ ਜਾਂਦਾ, ਜਿਸ ਤਰ੍ਹਾਂ ਦੱਸਿਆ ਤੂਰ ਸਾਹਿਬ ਨੇ ਕਿ ਹੋਰ ਵੀ ਇਹਨੂੰ ਜਿਹੜਾ ਹੈ ਉਹ ਕੰਪਲੈਕਸ ਕਰ ਦਿੱਤਾ ਗਿਆ ਹੈ, ਲੋਕਾਂ ਦੇ ਅਗੇਂਸਟ ਹੈ ਇਹ ਕਾਨੂੰਨ। ਪਰ ਇਹ ਪੜ੍ਹਨ ਤੋਂ ਬਾਅਦ ਤੁਹਾਨੂੰ ਇਹਨਾਂ ਦਾ ਆਰਟੀਕਲ ਜ਼ਿਆਦਾ ਸਮਝ ਆ ਜਾਏਗੀ। ਤਾਂ ਪਹਿਲਾਂ ਤੁਸੀਂ ਆਰਟੀਕਲ ਪੜ੍ਹਨਾ, ਇਹਨਾਂ ਦਾ ਅਸੀਂ ਛਾਪਣ ਜਾ ਰਹੇ ਹਾਂ, ਅਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਵਿਸ਼ੇ 'ਤੇ ਡਿਟੇਲ 'ਚ ਗੱਲਬਾਤ ਕਰਾਂਗੇ। ਤੂਰ ਸਾਹਿਬ, ਤੁਹਾਡੇ ਨਾਲ ਅਗਲੇ ਹਫ਼ਤੇ ਜਾਂ ਉਸ ਤੋਂ ਅਗਲੇ ਜਦੋਂ ਵੀ ਸਮਾਂ ਮਿਲਦਾ, ਇਹ ਮੈਂ ਇਹ ਵੀ ਕਰਨਾ ਚਾਹਾਂਗਾ ਕਿ ਨਿਰਭਯਾ ਕਾਂਡ ਤੋਂ ਬਾਅਦ ਲੱਗਾ ਸੀ ਕਿ ਜਿੱਥੇ ਲੋਕਾਂ 'ਚ ਬੜੀ ਵੱਡੀ ਜਾਗਰਿਤੀ ਆਏਗੀ, ਦੇਸ਼ ਬਦਲ ਜਾਏਗਾ, ਲੋਕਾਂ ਦੀ ਸੋਚ ਬਦਲ ਜਾਏਗੀ, ਨਾ ਤਾਂ ਉਹ ਬਦਲੀ ਬਲਕਿ ਕਾਨੂੰਨ ਬਹੁਤ ਵਧੀਆ ਬਣਾਏ ਜਾਣਗੇ ਕਿਹਾ ਜਾ ਰਿਹਾ ਸੀ ਬੜੀਆਂ ਪਾਰਲੀਮੈਂਟ ਦੇ ਵਿੱਚ, ਜਗ੍ਹਾ ਜਗ੍ਹਾ 'ਤੇ ਡਿਬੇਟਸ ਵੀ ਹੋਈਆਂ। ਪਰ ਅੱਜ ਮੁੜ ਕੇ 12 ਸਾਲ ਬਾਅਦ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਅਤੇ ਸਥਿਤੀ ਜਿਹੜੀ ਹੈ ਵੱਧ ਨਾਲੋਂ ਬਦਤਰ ਹੋਈ ਹੈ, ਵਰਸਟ ਹੋਈ ਹੈ। ਅਤੇ ਇਹਦੇ 'ਤੇ ਵੀ ਥੋੜ੍ਹੀ ਜਿਹੀ ਗੱਲਬਾਤ ਕਰਨਾ ਚਾਹਾਂਗੇ। ਕੋਈ ਨਹੀਂ, ਆਪਾਂ ਜਦੋਂ ਮਰਜ਼ੀ ਤੁਸੀਂ ਆਪਣਾ ਕਰ ਲੈਣਾ, ਵੇਖ ਲੈਣਾ। ਜੀ ਜ਼ਰੂਰ ਜੀ, ਅਗਲੇ ਹਫ਼ਤੇ 'ਤੇ ਵੀ ਗੱਲ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਤੂਰ ਸਾਹਿਬ, ਧੰਨਵਾਦ।